अमृतसर जेल में रघुबीर सिंह नामक एक व्यक्ति की उपचार के दौरान मौत हो गई। वहीं मृतक की बहन मंजीत कौर का कहना है कि गुरबीर सिंह अक्सर नशा किया करता था, जो कि नशे का आदि था, जिसके लिए गुरबीर सिंह को होशियारपुर के सिविल अस्पताल में भर्ती करवाया गया था। फिलहाल मृतक के मरने की जानकारी जेल प्रशासन को दे दी गई है और जो भी बनती कार्यवाही होगी वह की जाएगी। सिविल हॉस्पिटल ਦੇ ਵਿੱਚ ਤੇ ਉੱਥੇ ਪੁਲਿਸ ਵਾਲੇ ਨੇ ਕਿਸੇ ਨੇ ਇਹਨੂੰ ਫੜ ਲਿਆ, ਕੋਈ ਹੋਰ ਮੁੰਡੇ ਕੋਲ ਗੋਲੀਆਂ ਨਿਕਲੀਆਂ ਸੀ ਤਾਂ ਮੇਰੇ ਭਰਾ ਤੇ ਨਜਾਇਜ਼ ਹੀ ਉਹਨਾਂ ਨੇ ਗੋਲੀਆਂ ਪਾਤੀਆਂ ਤੇ ਇਹਨਾਂ ਨੇ ਪੁਲਿਸ ਵਾਲੇ ਨੇ ਬੜੀਆਂ ਮਿਹਨਤਾਂ ਕੀਤੀਆਂ, ਸਰ ਸਾਡਾ ਮੁੰਡਾ ਨਜਾਇਜ਼ ਆ, ਵੀ ਇਹਨੇ ਨਹੀਂ ਖਾਂਦਾ ਦਵਾਈ, ਅਸੀਂ ਨਸ਼ਾ ਦੀ ਛਡਾਉਣ ਵਾਲੀ ਦਵਾਈ ਇਹਦੀ ਚੱਲਦੀ ਸੀਗੀ ਸਿਵਲ ਹੋਸਪਿਟਲ ਦੇ ਵਿੱਚ ਤੇ ਦੌਰੇ ਦੂਰੇ ਵੀ ਪੈਂਦੇ ਸੀ, ਪਹਿਲਾਂ PGI 'ਚ ਐਡਮਿਟ ਰਿਹਾ ਮਹੀਨਾ ਕੁ ਤਾਂ ਅਸੀਂ ਬੜੀਆਂ ਤਾੜਲੇ ਮਿਹਨਤਾਂ ਕੀਤੀ ਤੇ ਪੁਲਿਸ ਵਾਲੇ ਨੇ ਸਾਡੀ ਕੋਈ ਵੀ ਸੁਣਾਈ ਨਹੀਂ ਕੀਤੀ ਤਾਂ ਫਿਰ ਵੀ ਅਸੀਂ ਬੜੀ ਮੇਰੀ ਮੰਮੀ ਨੇ ਮਿਹਨਤਾਂ ਕੀਤੀਆਂ ਕਿ ਕਾਕਾ ਤੂੰ ਛੱਡ ਦੇ ਮੇਰੇ ਮੁੰਡੇ ਨੂੰ, ਫਿਰ ਬਿਮਾਰ ਰਹਿੰਦਾ ਆ ਕਿ ਤੂੰ ਨਾ ਇੱਥੇ ਪਰਚਾ ਪਾ ਦੇ, ਸਰ ਇਹਨੇ ਕੋਈ ਵੀ ਸਾਡੀ ਗੱਲ ਨਹੀਂ ਸੁਣੀ ਅਤੇ ਫਿਰ ਇੱਥੇ ਅੰਬਰਸਰ ਲੈ ਆਉਂਦਾ ਸਰਕਾਰੀ ਹੋਸਪਿਟਲ ਦੇ ਵਿੱਚ, ਫਿਰ ਵੀ ਇਹਨਾਂ ਨੇ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਅਤੇ ਇੱਥੇ ਫਿਰ ਡਾਕਟਰ ਸਾਨੂੰ ਟੁੱਟ ਟੁੱਟ ਕੇ ਪੈਂਦੇ ਰਹੇ ਵੀ ਤੁਸੀਂ ਅਸੀਂ ਇਹਦਾ ਇਲਾਜ ਨਹੀਂ ਕਰ ਸਕਦੇ ਹੈਗੇ, ਇਹਨਾਂ ਨੇ ਡਾਕਟਰਾਂ ਨੇ ਸਾਨੂੰ ਇੱਦਾਂ ਕਹਿੰਦੇ ਸੀ, ਅਸੀਂ ਕਿਹਾ ਅਸੀਂ ਹੁਣ ਇਸ ਕਿੱਥੇ ਲੈ ਕੇ ਜਾਈਏ ਵੀ ਜਿਹਨਾਂ ਨੇ ਕੇਸ ਪਾਇਆ, ਹੁਣ ਤਾਂ ਤੁਸੀਂ ਉਹਨਾਂ ਨੂੰ ਕਹੋ, ਉਹ ਕਹਿੰਦੇ ਸੀ ਅਸੀਂ ਇਲਾਜ ਕਰਾਵਾਂਗੇ ਇਹਨਾਂ ਦਾ, ਉਹਨਾਂ ਨੇ ਤਾਂ ਕੋਈ ਕੇਅਰ ਨਹੀਂ ਕੀਤੀ ਇੱਥੇ ਸਾਡੇ ਹੋਸਪਿਟਲ 'ਚ, ਕੋਈ ਇਹਦੀ ਕੇਅਰ ਨਹੀਂ ਹੋਈ ਹੈਗੀ ਮੇਰੇ ਭਰਾ ਦੀ, ਤਾਂ ਇਹਨਾਂ ਨੇ ਅੱਜ ਹੁਣੇ ਥੋੜ੍ਹੀ ਦੇਰ ਹੋਈ ਹੈ ਵੀ ਮੈਨੂੰ 9 ਵਜੇ ਮੈਂ ਆਈ ਅਤੇ ਉੱਥੇ ਕਹਿੰਦੇ ਪਤਾ ਪੂਰਾ ਹੋ ਗਿਆ। ਇਹ ਸਾਨੂੰ ਨਹੀਂ ਪਤਾ, ਅਸੀਂ ਹੁਸ਼ਿਆਰਪੁਰ ਜੇਲ੍ਹ ਤੋਂ ਲੈ ਕੇ ਆਏ ਇਹਨੂੰ ਪ੍ਰੋਟੈਕਸ਼ਨ ਵਾਸਤੇ। ਕੇਸ ਬਾਰੇ ਨਹੀਂ ਸਾਨੂੰ ਪਤਾ, ਅੱਜ ਇਹਦੀ ਡਾਕਟਰ ਸਾਹਿਬ ਡੈਥ ਹੋ ਗਈ, ਨਹੀਂ ਇਹ ਨਹੀਂ ਪਤਾ ਕੁਛ। ਹਾਂਜੀ ਕੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਕੋਲ? ਨਹੀਂ ਹੁਣ ਇੱਥੇ ਜੋ ਕਾਰਵਾਈ ਹੋਊਗੀ ਇੱਥੇ ਹੋਊਗੀ, ਹੁਣ ਜੇਲ੍ਹ ਵਾਲਿਆਂ ਨੂੰ ਈਮੇਲ ਕਰਤੀ ਆ।